ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਦੇ ਰਾਮਾ ਮੰਡੀ ਜਿਮ ਦੇ ਬਾਹਰ ਹੋਏ ਡੋਨਾ ਕਤਲ ਕੇਸ ਦੇ ਮੁੱਖ ਆਰੋਪੀ ਅਰਜੁਨ ਸਹਿਗਲ ਨੂੰ CIA ਦਿਹਾਤੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ SP ਇਨਵੈਸਟੀਗੇਸ਼ਨ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ CIA ਦਿਹਾਤੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਿੱਚ ASI ਹਰਪ੍ਰੀਤਮ ਸਿੰਘ ਨੇ ਬੱਸ ਅੱਡਾ ਮਤਾਰਾ ਥਾਣਾ ਆਦਮਪੁਰ ਵਿੱਚ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਪੁਲਿਸ ਨੂੰ ਆਰੋਪੀ ਦਿਖਾਈ ਦਿੱਤਾ, ਜਿਸ ਤੋਂ ਬਾਅਦ ਪਿੱਛਾ ਕਰਕੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਆਰੋਪੀ ਨੇ ਆਪਣਾ ਨਾਮ ਅਰਜੁਨ ਸਹਿਗਲ ਨਿਵਾਸੀ ਸੈਂਟਰਲ ਟਾਊਨ ਥਾਣਾ ਡਿਵੀਜ਼ਨ ਨੰਬਰ 3 ਜ਼ਿਲ੍ਹਾ ਜਲੰਧਰ ਦੱਸਿਆ। ਆਰੋਪੀ ਦੀ ਤਲਾਸ਼ੀ ਦੌਰਾਨ ਉਸ ਤੋਂ 9 mm ਦਾ ਪਿਸਤੌਲ ਵੀ ਬਰਾਮਦ ਹੋਇਆ ਹੈ। ਆਰੋਪੀ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਦੁਆਰਾ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਨਯੋਗ SSP ਸਰਦਾਰ ਨਵਜੋਤ ਸਿੰਘ ਮਾਲ ਜੀ ਵੱਲੋਂ ਚਲਾਈ ਗਈ ਭੈੜੇ ਅਨਸਰਾਂ ਦੀ ਮਹਿਮਾ ਵਿੱਚ ਕੱਲ੍ਹ CIA ਸ਼ਿਵ ਕੁਮਾਰ ਜੀ ਦੀ ਟੀਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਏ ਕੈਟਾਗਰੀ ਦਾ ਗੈਂਗਸਟਰ ਜਿਹੜਾ ਕਿ ਸਿਟੀ ਪੁਲਿਸ ਲਈ ਔਰ ਸਾਡੇ ਲਈ ਵੀ ਸਿਰਦਰਦੀ ਬਣਿਆ ਹੋਇਆ ਸੀ, ਉਹ ਕਾਬੂ ਕੀਤਾ ਕੱਲ੍ਹ ਸ਼ਾਮੀ। ਇਹਦੇ ਕੋਲੋਂ 9 mm ਦੀ ਪਿਸਟਲ ਔਰ ਕਾਰਤੂਸ ਮਿਲੇ ਆ 5, ਔਰ ਇਹਦੇ ਸੰਬੰਧੀ ਅਸੀਂ FIR ਨੰਬਰ 167 ਆਦਮਪੁਰ ਦਰਜ ਕੀਤੀ ਆ। ਔਰ ਜਿਹੜਾ ਇਹ ਗੈਂਗਸਟਰ ਹੈਗਾ ਆ, ਇਹਦੀ ਜਲੰਧਰ ਕਮਿਸ਼ਨਰੇਟ ਦੇ ਵਿੱਚ ਵੀ ਤੁਹਾਨੂੰ ਯਾਦ ਹੋਊਗਾ ਵੀ ਆਪਣੇ ਰਾਮਾ ਮੰਡੀ ਦੇ ਵਿੱਚ ਇੱਕ ਮਰਡਰ ਹੋਇਆ ਸੀਗਾ, ਦੋਨਾਂ ਮਰਡਰ, ਜਿਹੜਾ ਕਿ ਜਿਮ ਦੇ ਵਿੱਚੋਂ ਲੜਕਾ ਬਾਹਰ ਨਿਕਲਿਆ, ਗੋਲੀਆਂ ਮਾਰੀਆਂ ਸੀ। ਮੇਨ ਉਹਦਾ ਇਹ ਅਕਿਊਜ਼ ਹੈਗਾ ਆ, ਜਿਹਦਾ ਨਾਂ ਹੈਗਾ ਅਰਜੁਨ ਸਹਿਗਲ। ਅਤੇ ਸਾਡੇ ਲਈ ਬਹੁਤ ਇਹ CIA ਦੀ ਟੀਮ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈਗਾ, ਔਰ ਅਸੀਂ ਫਰਦਰ ਜਿਹੜੀ ਇਹਦੀ ਹਾਲੇ ਪੁੱਛਗਿੱਛ ਹਾਲੇ ਚੱਲ ਰਹੀ ਹੈ ਸਾਡੀ। ਸਰ ਕਿੱਥੇ ਰਹਿਣ ਵਾਲਾ ਸਰ? ਇਹ ਜਲੰਧਰ ਦਾ ਹੀ ਰਹਿਣ ਵਾਲਾ ਆ, ਸੈਂਟਰਲ ਟਾਊਨ ਦੇ ਡਿਵੀਜ਼ਨ ਨੰਬਰ 3 ਦੇ ਵਿੱਚ ਹੈਗਾ ਇਹਦਾ ਘਰ ਹੈਗਾ ਆ। ਔਰ ਵੱਖ ਵੱਖ ਮਾਮਲਿਆਂ 'ਚ ਜਦੋਂ ਦਾ ਵੀ ਇਸ 14 ਤੋਂ ਇਹ ਬੜਿਆ ਇਸ ਕੰਮ ਦੇ ਵਿੱਚ, 14 ਤੋਂ ਲੈ ਕੇ ਹੁਣ ਤੱਕ ਇਹ ਸਾਰੇ ਵੱਖ ਵੱਖ ਮੁਕਦਮੇ 'ਚ POV ਹੈਗਾ ਆ। ਪੋਸੀਬਿਲਟੀ ਹੈਗੀ, ਹੋ ਸਕਦਾ ਜੇ ਜਲੰਧਰ ਵਾਲੇ ਪਹਿਲਾਂ, ਕਿਉਂਕਿ ਪਹਿਲਾਂ ਇਹ ਜੋ ਅਸੀਂ ਪੁੱਛਗਿੱਛ ਕੀਤੀ ਜਲੰਧਰ ਪਹਿਲਾਂ ਨਹੀਂ ਆਇਆ, ਬਾਹਰ ਹੀ ਰਹਿੰਦਾ ਰਿਹਾ, ਜਿਹਦੀਆਂ ਕਿ ਅਸੀਂ 18 'ਤੇ ਵੀ ਵਰਕ ਕਰ ਰਹੇ ਹੈਗੇ ਹਾਂ, ਜਿੱਥੇ ਜਿੱਥੇ ਠਹਿਰਦਾ ਰਿਹਾ ਹੈਗਾ ਉੱਥੇ ਵੀ ਸਾਡੀ ਟੀਮ ਲੱਗੀ ਹੋਈ ਆ। ਹੁਣ ਜੇ ਜਲੰਧਰ ਆਇਆ, ਹੋ ਸਕਦਾ ਕਿਤੇ ਸ਼ੂਟ ਆਊਟ ਕਰਨ ਆਇਆ ਹੋਊ ਜਾਂ ਕੋਈ ਪੁਰਾਣੀ ਦੁਸ਼ਮਣੀ ਕੱਢਣ ਆਇਆ ਹੋਊ, ਹੋ ਸਕਦਾ ਕੋਈ ਵੱਡੀ ਵਾਰਦਾਤ ਇਹ ਕਰਨ ਆਇਆ ਹੋਵੇ, ਇਸ ਕਰਕੇ ਕਾਬੂ ਆ ਗਿਆ ਅਤੇ ਉਹ ਵਾਰਦਾਤ ਵੀ ਰੋਕ ਗਈ ਆ। ਇਹ ਪਤਾ ਲੱਗਾ ਡੋਨਾ ਦਾ ਇਹਨੇ ਕਿਉਂ ਕੀਤਾ ਮਰਡਰ? ਇਹਦੀ ਕੋਈ ਆਪਸੀ ਇਹਨਾਂ ਦੀ ਸੀਗੀ, ਕੋਈ ਲਾਗਡਾਟ ਸੀਗੀ ਇਹਨਾਂ ਦੀ, ਜਿਹੜੀ ਕਿ ਕੋਈ ਪੈਸੇ ਪੂਸੇ ਨੂੰ ਲੈ ਕੇ ਆ ਜਾਂ ਕੋਈ, ਹਾਲੇ ਕਲੀਅਰ ਨਹੀਂ ਹੋਇਆ ਸਾਨੂੰ। ਫਰਦਰ ਅਸੀਂ ਪੁੱਛਗਿੱਛ ਕਰਾਂਗੇ ਔਰ ਨਾਲ ਅਸੀਂ ਰਾਮਾ ਮੰਡੀ ਵਾਲੇ ਵੀ IU ਨੂੰ ਵੀ ਨਾਲੇ ਸ਼ਾਮਲ ਕਰਾਂਗੇ। ਜਲੰਧਰ ਤੋਂ ਰਵੀ ਗਿਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।